ਤਾਂ ਬੇਹੱਦ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਏ ਪਿੰਡ ਬਲਟੋਹਾ ਤੋਂ, ਜਿੱਥੇ ਇੱਕ ਔਰਤ ਦੇ ਕੱਪੜੇ ਪਾੜੇ ਗਏ ਨੇ। ਸਾਰਿਆਂ ਦੇ ਸਾਹਮਣੇ ਔਰਤ ਦੇ ਕੱਪੜੇ ਪਾ ਕੇ ਉਸਨੂੰ ਗਲੀਆਂ ਦੇ ਵਿੱਚ ਨੰਗਾ ਦੌੜਾਇਆ ਗਿਆ ਏ। ਸ਼ਰਮਸਾਰ ਕਰਨ ਦੇਣ ਵਾਲੀ ਇਹ ਖਬਰ ਸਾਹਮਣੇ ਆ ਰਹੀ ਹੈ ਤਰਨ ਤਾਰਨ ਦੇ ਪਿੰਡ ਬਲਟੋਹਾ ਤੋਂ, ਜਿੱਥੇ ਇੱਕ ਔਰਤ, ਬੇਕਸੂਰ ਔਰਤ, ਜਿਸ 'ਤੇ ਕੁਝ ਆਦਮੀਆਂ ਨੇ ਆ ਕੇ, ਕੁਝ ਬੰਦਿਆਂ ਨੇ ਆ ਕੇ ਹਮਲਾ ਕਰ ਦਿੱਤਾ, ਉਸਦੇ ਕੱਪੜੇ ਪਾੜ ਦਿੱਤੇ। ਕੱਪੜੇ ਪਾੜਨ ਤੋਂ ਬਾਅਦ ਔਰਤ ਆਪਣੀ ਚੁੰਨੀ ਦੇ ਨਾਲ ਆਪਣੀ ਇੱਜ਼ਤ ਧੱਕ ਰਹੀ ਸੀ, ਤਾਂ ਇਹਨਾਂ ਨੂੰ ਉਹ ਵੀ ਰਾਸ ਨਹੀਂ ਆਇਆ। ਇਹਨਾਂ ਨੇ ਚੁੰਨੀ ਵੀ ਖੋਹ ਲਈ ਅਤੇ ਔਰਤ ਨੂੰ ਪੂਰਾ ਨੰਗਾ ਕਰ ਦਿੱਤਾ, ਜਿਸ ਤੋਂ ਬਾਅਦ ਔਰਤ ਇੱਧਰ ਉੱਧਰ ਭੱਜ ਰਹੀ ਆਪਣੀ ਇੱਜ਼ਤ ਬਚਾਉਣ ਦੇ ਲਈ। ਇਹ ਤਸਵੀਰਾਂ ਕਾਫੀ ਭਿਆਨਕ ਨੇ, ਕਾਫੀ ਹੈਰਾਨ ਕਰਨ ਦੇਣ ਵਾਲੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਅਜਿਹਾ ਅੱਜ ਤੱਕ ਨਹੀਂ ਵਾਪਰਿਆ। ਪਹਿਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੀ ਇੱਜ਼ਤ 'ਤੇ ਇਸ ਤਰੀਕੇ ਦੇ ਨਾਲ ਹੱਥ ਪਾਇਆ ਗਿਆ ਹੈ। ਆਲੇ ਦੁਆਲੇ ਖੜ੍ਹੇ ਲੋਕ ਵੀ ਇਸ ਔਰਤ ਦੇ ਹੱਕ ਦੇ ਵਿੱਚ ਨਹੀਂ ਆਏ, ਇਸ ਦਾ ਬਚਾਅ ਕਰਨ ਦੇ ਨਹੀਂ ਆਏ, ਸਾਰੇ ਤਮਾਸ਼ਮੀਨ ਬਣ ਗਏ, ਕਿਸੇ ਨੇ ਇਸ ਦਾ ਬਚਾਅ ਨਹੀਂ ਕੀਤਾ। ਤਰਨ ਤਾਰਨ ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਬਲਟੋਹਾ ਦੇ ਵਿੱਚ ਇਸ ਔਰਤ ਦੇ ਕੱਪੜੇ ਪਾੜੇ ਗਏ ਨੇ। ਤਾਂ ਤੁਹਾਨੂੰ ਦੱਸਦੇ ਹਾਂ ਕਿ ਕੱਪੜੇ ਪਾੜਨ ਦੀ, ਇਸ ਬਦਲਾ ਲੈਣ ਦੀ ਕੀ ਵਜ੍ਹਾ ਸੀ। ਤੁਹਾਨੂੰ ਦੱਸਦੇ ਹਾਂ ਕਿ ਇਸ ਔਰਤ ਦਾ ਮੁੰਡਾ ਪਿੰਡ ਦੀ ਕਿਸੇ ਕੁੜੀ ਨੂੰ ਭਜਾ ਕੇ ਲੈ ਗਿਆ, ਜਿਸ ਤੋਂ ਬਾਅਦ ਕੁੜੀ ਦੇ ਮਾਪੇ ਇਸ ਔਰਤ ਤੋਂ ਅਤੇ ਇਸ ਦੇ ਪੂਰੇ ਪਰਿਵਾਰ ਤੋਂ ਨਾਖੁਸ਼ ਸਨ, ਪਰੇਸ਼ਾਨ ਸਨ, ਅਤੇ ਬਾਅਦ ਬਾਅਦ ਇਹਨਾਂ ਨੂੰ ਧਮਕੀਆਂ ਵੀ ਦਿੰਦੇ ਸੀ। ਤਾਂ ਹੁਣ ਕੁੜੀ ਦੇ ਜਿਹੜਾ ਪਰਿਵਾਰ ਹੈ, ਕੁੜੀ ਦਾ ਪਿਤਾ ਹੈ, ਭਰਾ ਹੈ, ਉਸਦਾ ਦੇ ਵੱਲੋਂ ਇਸ ਔਰਤ ਦੀ ਇੱਜ਼ਤ ਲੁੱਟ ਲਈ ਗਈ ਹੈ। ਦੇਖ ਸਕਦੇ ਹੋ ਕਿ ਕਿਵੇਂ ਭਰੇ ਬਾਜ਼ਾਰ ਦੇ ਵਿੱਚ ਉਸਨੂੰ ਨੰਗਾ ਕਰ ਦਿੱਤਾ, ਪੂਰੇ ਪਿੰਡ ਦੇ ਵਿੱਚ ਦੌੜਾਇਆ ਹੈ। ਤਾਂ ਸ਼ਰਮਸਾਰ ਕਰਨ ਦੇਣ ਵਾਲੀਆਂ ਇਹ ਤਸਵੀਰਾਂ, ਐਸੀਆਂ ਤਸਵੀਰਾਂ ਨੇ ਕਿ ਅਸੀਂ ਤੁਹਾਨੂੰ ਦਿਖਾ ਵੀ ਨਹੀਂ ਸਕਦੇ। ਤੁਸੀਂ ਅੰਦਾਜ਼ਾ ਲਗਾ ਲਓ ਕਿ ਇੱਕ ਔਰਤ ਦੀ ਇੱਜ਼ਤ ਤੱਕ ਲੁੱਟ ਲਈ ਗਈ ਹੈ, ਉਸਦੇ ਕੱਪੜੇ ਪਾੜ ਦਿੱਤੇ ਗਏ ਨੇ, ਉਸਨੂੰ ਨੰਗਾ ਕਰਕੇ ਪਿੰਡ ਦੇ ਵਿੱਚ ਦੌੜਾਇਆ ਹੈ। ਹਾਲਾਂਕਿ ਔਰਤ ਇਹਨਾਂ ਲੋਕਾਂ ਤੋਂ ਬਚਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਉੱਪਰ ਦਾ ਕੁਰਤਾ ਪਾੜਿਆ ਸੀ, ਹੱਲੇ ਸਲਵਾਰ ਦਾ ਨਾੜਾ ਖੋਲ੍ਹਣ ਲੱਗੇ ਸੀ, ਤਾਂ ਇਹ ਔਰਤ ਭੱਜ ਨਿਕਲੀ, ਬਚਾਅ ਹੋ ਗਿਆ ਇਸਦਾ। ਨਹੀਂ ਤਾਂ ਇਹਨਾਂ ਕੁੜੀ ਵਾਲਿਆਂ ਨੇ ਤਾਂ ਹੱਦ ਹੀ ਪਾਰ ਕਰਤੀ ਸੀ ਸਾਰੀ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕੀ ਐਕਸ਼ਨ ਲੈਂਦੀ ਹੈ। ਹਾਲਾਂਕਿ ਮਾਮਲਾ ਤਾਂ ਦਰਜ ਹੋ ਗਿਆ ਹੈ, ਅਤੇ ਇਸ ਨੀਚ ਹਰਕਤ ਕਰਨ ਵਾਲੇ ਜਿਹੜੇ ਲੋਕ ਨੇ, ਜਿਹੜੇ ਆਰੋਪੀ ਨੇ, ਉਹ ਭੱਜੇ ਹੋਏ ਨੇ, ਫਰਾਰ ਨੇ। ਉਹਨਾਂ ਨੂੰ ਲੱਭਣ ਦੀ ਪੁਲਿਸ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ, ਪਰ ਜਿਹੜੀ ਘਟਨਾ ਹੈ ਉਹ ਕਾਫੀ ਸ਼ਰਮਸਾਰ ਕਰਨ ਦੇਣ ਵਾਲੀ ਹੈ। ਤਰਨ ਤਾਰਨ ਦੇ ਪਿੰਡ ਬਲਟੋਹਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਸ ਔਰਤ ਦੇ ਕੱਪੜੇ ਪਾੜ ਦਿੱਤੇ ਗਏ ਨੇ। ਤੁਸੀਂ ਕੀ ਕਹਿਣਾ ਚਾਹੋਗੇ ਅਤੇ ਕੀ ਸਜ਼ਾ ਹੋਣੀ ਚਾਹੀਦੀ ਔਰਤ ਦੇ ਨਾਲ ਇਸ ਤਰੀਕੇ ਦਾ ਵਤੀਰਾ ਕਰਨ ਦੀ? ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਔਰਤ ਦੇ ਨਾਲ ਕੀ ਕੁਝ ਹੋਇਆ। ਆਓ ਇਸ ਔਰਤ ਤੋਂ ਜਾਣਦੇ ਹਾਂ ਅਤੇ ਪੁਲਿਸ ਕੀ ਐਕਸ਼ਨ ਲਏਗੀ ਉਹ ਵੀ ਸੁਣਾਂਗੇ। ਜੀ ਇਹ ਮੇਰੇ ਗੱਲ ਪਏ ਆ ਕੇ ਪੰਜ ਜਣੇ, ਠੀਕ ਆ, ਕੁੜੀ ਮੁੰਡੇ ਦੀ ਗੱਲ ਸੀ, ਮੇਰੇ ਨਾਲ ਮਤਲਬ ਨੀ ਕੋਈ ਇਹਨਾਂ ਦਾ ਅੱਤੀ ਬੱਕੀ ਪੈਣ ਦਾ। ਮੈਂ ਆਪਦੀ ਭੱਜ ਨੱਸ ਕੇ ਜਾਨ ਬਚਾਈ, ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ, ਲੀੜੇ ਮੇਰੇ ਪਾੜੇ ਆ, ਨਾਲਾ ਮੇਰਾ ਖੋਲਣ ਲੱਗੇ ਆ, ਠੀਕ ਆ। ਮੈਂ ਹੁਣ ਇਹੋ ਚਾਹੁੰਦੀ ਆ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ। ਇਹ ਕਿੱਦਣ ਦੀ ਘਟਨਾ ਹੈ? ਇਹ 31 ਤਰੀਕ ਦੀ। ਜਿਹੜੇ ਗੱਲ ਪਏ ਸੀਗੇ ਉਹ ਕਿੰਨੇ ਕੁ ਜਾਣੇ ਸੀਗੇ? ਉਹ 5 ਜਣੇ, ਇੱਕ ਬੁੜੀ ਤੇ 4 ਬੰਦੇ। ਅੱਛਾ, ਹੁਣ ਪੁਲਿਸ ਨੇ ਪਰਚਾ ਕੋਈ ਕਾਰਵਾਈ ਕੀਤੀ ਹੈ? ਹਜੇ ਤਾਂ ਕੋਈ ਕਾਰਵਾਈ ਨਹੀਂ, ਕੋਈ ਸਾਨੂੰ ਉਹਨਾਂ ਵਿਖਾਇਆ ਨਹੀਂ ਵੀ ਆਹ ਫੜੇ ਗਏ ਆ, ਕੀਤੇ ਆ ਨਾ, ਜਾਣੇ ਆ ਮੋੜਾਉਣੇ, ਜਾਣੇ ਮੋੜਾਉਣੇ। ਤੁਹਾਡੀ ਕੀ ਮੰਗ ਆ? ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ 'ਚ ਜਾਣ, ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ, ਜਿਹੋ ਜਿਹੀ ਇਹਨਾਂ ਨੂੰ ਭੋਗਣੀ ਪਵੇ। ਉਹਦੇ ਵਿੱਚ ਮੇਨ ਇਹੀ ਹੈ ਜੀ, ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਅਤੇ ਕੁੱਟਮਾਰ ਵੀ ਕੀਤੀ ਆ, ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ 'ਤੇ ਆਪਾਂ ਪਰਚਾ ਦਰਜ ਕੀਤਾ, 20 ਨੰਬਰ ਮੁਕੱਦਮਾ ਨੰਬਰ ਦਰਜ ਕੀਤਾ। ਰੀਜ਼ਨ ਕੀ ਸੀ? ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ
ਮੈਰਿਜ ਕਰਵਾ ਲਈ ਸੀ ਉੱਥੋਂ ਦੇ ਇੱਕ ਮੁਹੱਲੇ ਦੀ ਜੀਵਨ ਨਗਰ ਦੀ ਲੜਕੀ ਹੈ, ਅਤੇ ਉਹਦੇ ਸੰਬੰਧ 'ਚ ਵੀ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਉਲਾਂਭਾ ਦੇਣ ਗਏ ਅਤੇ ਜਿੱਥੇ ਉਹਨਾਂ ਦੀ ਤੂਤੂ ਮੈਂ ਹੋ ਗਈ ਥੋੜ੍ਹੀ ਜਿਹੀ, ਉਹਦੇ ਤੋਂ ਫਿਰ ਉਹਨਾਂ ਦਾ ਥੋੜ੍ਹਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ। ਹਾਂਜੀ, ਵੀਡੀਓ ਕਲਿੱਪ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊਡ ਸੀਗੀ ਅਤੇ ਚੁੰਨੀ ਲਪੇਟੀ ਹੋਈ ਸੀ, ਤਾਂ ਉਹਨੇ ਖਿੱਚ ਕੇ ਅਤੇ ਵੀਡੀਓ ਵਾਇਰਲ ਕਰਤੀ ਉਹਦੀ ਬਣਾ ਕੇ। ਹਾਂਜੀ ਹਾਂਜੀ, ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ, ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਹਾਂ ਅਤੇ ਅਕਿਊਜ਼ਡ ਜਿਹੜੇ ਘਰੋਂ ਭੱਜੇ ਹੋਏ ਆ। ਟੋਟਲ ਤਿੰਨ ਜਣਿਆਂ 'ਤੇ ਪਰਚਾ ਹੋਇਆ ਜੀ, ਦੋ ਅਣਪਛਾਤੇ ਆ ਅਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਹੈ ਅਤੇ ਇੱਕ ਮਾਤਾ 'ਤੇ ਪਰਚਾ ਦਰਜ ਹੋਇਆ।